लागे बने कोई खिला दो बंदा मैं मोबाइल मोबाइल बेचारे इतने गया देव का आजा एक रवाज ते देव नू नहीं दे लिम कितने फूड़ा आ जाते हैं पापा की करता है की नहीं करता मैं पता इतने बैठा कर रही है चल ठीक है बच्चे चले गए मैं चले गया स्कूल क्लास चले गए मैं क्या खिलाई कल कल तो फोन ही नहीं आया बेचारे का कल गुरसेव सिंह दी किधर तुम पता लगा क्योंकि मेरे ख्याल परिवार वाले भी हूं यकीन किसी नहीं होंगे इंसीडेंट होया ਤਾਨੂੰ ਕਿਦੋਂ ਪਤਾ ਲੱਗਾ ਜਾਂ ਤੁਹਾਡਾ ਆਖਰੀ ਵਾਰ ਕਿਦੋਂ ਗੱਲ ਹੋਈ ਸੀ ਉਹਨਾਂ ਦੀ ਕੱਲ ਉਹਨਾਂ ਦੀ ਵੀਡੀਓ ਕਾਲ ਆਈ ਅਸੀਂ ਸੁੱਤੇ ਪਏ ਸੀ ਨੀਂਦ ਠਾਈ ਗਈ ਸਾਡੇ ਤੋਂ ਪਰਸੋਂ ਰਾਤ ਮੇਰੀ ਗੱਲ ਹੋਈ ਉਹਨਾਂ ਨਾਲ ਕਾਫੀ ਉਹਨਾਂ ਨੇ ਆਪਣੀ ਫਿਊਚਰ ਪਲੈਨਿੰਗ ਕੀਤੀ ਹੋਣੀ ਭਵਿੱਖ ਦੀ ਪਲੈਨਿੰਗ ਕੀਤੀ ਹੋਣੀ ਹੈ ਨਹੀਂ ਇਦਾਂ ਦੀ ਤਾਂ ਕੋਈ ਗੱਲਬਾਤ ਨਹੀਂ ਮੈਂ ਮਹੀਨਾ ਹੋ ਗਿਆ ਠੀਕ ਨਹੀਂ ਰਹੀ ਅਕਤੂਬਰ 'ਚ ਛੁੱਟੀ ਆਏ ਆ ਮਹੀਨੇ ਦੀ ਛੁੱਟੀ ਆਏ 10 ਦਿਨ ਛੁੱਟੀ ਫਿਰ ਵਧਾ ਲਈ ਉਹਨੂੰ ਪੂਰਾ ਮਹੀਨਾ ਬਿਮਾਰ ਰਹੀ ਮੇਰੇ ਕਰਕੇ ਆਏ ਸੀ ਥੋੜ੍ਹੀ ਜਿਹੀ ਮੈਂ ਠੀਕ ਹੋ ਗਈ ਬਸ 10 ਦਿਨ ਛੁੱਟੀ ਹੋਰ ਵਧਾ ਲਈ ਉਹਨਾਂ ਨੇ ਹੁਣ ਕਹਿ ਰਹੇ ਸੀ ਵੀ ਮੈਂ ਜੰਪ ਕਰ ਗਏ ਫਿਰ ਆਉਂਗਾ ਪਰਿਵਾਰ 'ਚ ਸਭ ਬੱਚਿਆਂ 'ਚੋਂ ਸਭ ਤੋਂ ਜ਼ਿਆਦਾ ਕਿੰਨਾ ਪਿਆਰ ਕਰਦੇ ਸੀ ਪਿਆਰ ਸਾਰਿਆਂ ਨੂੰ ਸਾਨੂੰ ਕਰਦੇ ਸੀ ਬੇਟੀਆਂ ਨੂੰ ਉਸ ਤੋਂ ਬਾਅਦ ਕਰਕੇ ਸਾਨੂੰ ਸਭ ਨੂੰ ਪਿਆਰ ਕਰਦੇ ਸੀ ਮੇਰਾ ਨਾਮ ਸਰਦਾਰ ਹਰੀ ਸਿੰਘ ਸਾਡੇ ਗੁਆਂਢੀ ਨੇ ਬਿਲਕੁਲ ਇਹਨਾਂ ਦੇ ਫਾਦਰ ਸਾਹਿਬ ਨਾਲ ਮੇਰਾ ਬਹੁਤ ਨਿੱਜੀ ਪਿਆਰ ਸੀ ਜਦੋਂ ਆਉਣਾ ਉਦੋਂ ਹੀ ਅਸੀਂ ਮਿਲਣਾ ਇੱਥੇ ਦੋਦੇ ਆਉਂਦੇ ਜਾਂਦੇ ਰਹਿੰਦੇ ਸਾਡੇ ਰਾਹ ਦੇ ਉੱਤੇ ਬਹੁਤ ਨੇਕ ਇਨਸਾਨ ਸੀ ਇਹਨਾਂ ਦੇ ਫਾਦਰ ਸਾਹਿਬ ਔਰ ਲੜਕਾ ਵੀ ਬਹੁਤ ਨੇਕ ਇਨਸਾਨ ਸੀ ਅਤੇ ਛੋਟੀ ਜਿਹੀ ਆਰਜ਼ੀ ਭਰਤੀ ਹੋ ਕੇ ਐਡੇ ਵੱਡੇ ਜਨਰਲ ਦੇ ਨਾਲ ਡਿਊਟੀ ਕਰਨੀ ਮਾਣ ਵਾਲੀ ਗੱਲ ਸੀ ਪਿੰਡ ਨੂੰ ਇਲਾਕੇ ਨੂੰ ਮਾਣ ਵਾਲੀ ਗੱਲ ਸੀ ਔਰ ਬਹੁਤ ਦੁੱਖਦਾਈ ਖਬਰ ਆਈ ਹੈ ਕੱਲ੍ਹ ਜਿਹੜੀ ਉਹਦੇ ਨਾਲ ਜਿਹੜਾ ਇਲਾਕੇ 'ਚ ਬਹੁਤ ਸੋਗ ਦੀ ਅਫਸੋਸ ਦੀ ਲਹਿਰ ਫੈਲ ਗਈ ਹੈ ਕੀ ਮੰਗ ਕਰਦੇ ਜੋ ਜਿਸ ਤਰ੍ਹਾਂ ਕਿ ਇੱਕ ਫੌਜੀ ਜਵਾਨ ਇੱਕ ਸ਼ਹਾਦਤ ਦਿੰਦੀ ਹੋਈ ਹੈ ਅਤੇ ਤੁਸੀਂ ਕੀ ਮੰਗ ਕਰਦੇ ਪਰਿਵਾਰ ਅਸੀਂ ਕਿਹੋ ਆਉਂਦੇ ਹਾਂ ਵੀ ਇਲਾਕੇ ਦੇ ਵਿੱਚ ਇਸ ਵੀਰ ਦਾ ਜਿਹੜਾ ਨਾਂ ਹੈ ਉਹ ਸਦਾ ਵਾਸਤੇ ਰੋਸ਼ਨ ਰਹੇ ਉਹਦੇ ਨਾਂ 'ਤੇ ਕੋਈ ਖੇਡ ਸਟੇਡੀਅਮ ਬਣੇ ਕੋਈ ਸਕੂਲ ਦਾ ਨਾਂ ਜਿਹੜਾ ਉਹਦੇ ਨਾਂ 'ਤੇ ਰੱਖਿਆ ਜਾਵੇ ਹੋ ਸਕਦਾ ਜਿਹੜੀ ਖਾਲੜੇ ਤੋਂ ਸੜਕ ਆਉਂਦੀ ਆ ਉਹ ਵੀਰ ਗੁਰਸੇਵਕ ਸਿੰਘ ਦੇ ਨਾਂ 'ਤੇ ਬਣੇ ਇਹੋ ਜਿਹੀਆਂ ਜਿਹੜੀਆਂ ਯਾਦਗਾਰਾਂ ਰਹਿਣ ਸਦਾ ਵਾਸਤੇ ਅਤੇ ਉਹ ਸਾਰੇ ਇਲਾਕੇ 'ਚ ਇੱਕ ਪ੍ਰੇਰਨਾ ਸਰੋਤ ਬਣੇ ਇਸ ਵੀਰ ਨੇ ਜਿਹੜੀ ਉਹ ਇੱਕ ਜਨਰਲ ਸਾਹਿਬ ਦੇ ਨਾਲ ਸ਼ਹਾਦਤ ਪ੍ਰਾਪਤ ਕੀਤੀ ਪਰ ਜਿਹੜੀ ਉਹਨਾਂ ਦੀ ਕੋਈ ਨੌਕਰੀ ਪਰਿਵਾਰ ਨੂੰ ਮਿਲਣੀ ਹਾਂਜੀ ਉਹਨਾਂ ਦੇ ਪਰਿਵਾਰ ਨੂੰ ਉਹਨਾਂ ਦੇ ਗਾਂ ਬੇਟੀਆਂ ਦਾ ਖਰਚਾ ਜਿਹੜਾ ਪਰਿਵਾਰ ਦਾ ਸਾਰਾ ਪੜ੍ਹਾਈ ਦਾ ਉਹ ਸਾਰਾ ਸਰਕਾਰ ਨੂੰ ਜਿਹੜਾ ਉਹ ਕਰਨਾ ਚਾਹੀਦਾ ਪੰਜਾਬ ਸਰਕਾਰ ਤੋਂ ਕੀ ਮੰਗ ਕਰਦੇ ਹਾਂਜੀ ਪੰਜਾਬ ਸਰਕਾਰ ਤੋਂ ਇਹੋ ਮੰਗ ਕਰਦੇ ਹਾਂ ਵੀ ਜੋ ਵੀ ਜਿਹੜੀ ਗ੍ਰਾਂਟ ਆ ਜਿਸ ਤਰ੍ਹਾਂ ਸੈਂਟਰ ਸਰਕਾਰ ਦਿੰਦੀ ਆ ਉਹੋ ਹੀ ਪੰਜਾਬ ਸਰਕਾਰ ਵੀ ਜਿਹੜੀ ਉਹ ਦੇਵੇ ਇਹਨਾਂ ਦੇ ਘਰ ਦੀ ਜਿਹੜੀ ਮਾਲੀ ਹਾਲਤ ਆ ਤੁਸੀਂ ਵੇਖ ਚੁੱਕੇ ਬਹੁਤ ਠੀਕ ਨਹੀਂ ਗੀ ਉਹਨਾਂ ਨੂੰ ਮਕਾਨ ਰਹਿਣ ਵਾਸਤੇ ਸਾਰਾ ਸਿਸਟਮ ਬਣਾ ਕੇ ਦੇਵੇ ਉਹਨਾਂ ਦੇ ਬੱਚਿਆਂ ਦਾ ਖਰਚਾ ਉਹਨਾਂ ਦੇ ਭਰਾਵਾਂ ਨੂੰ ਜਿਹੜੀਆਂ ਪੰਜਾਬ ਸਰਕਾਰ ਦੇ ਵਿੱਚ ਨੌਕਰੀਆਂ ਮਿਲਣੀਆਂ ਚਾਹੀਦੀਆਂ ਨਾਮ ਅਤੇ ਪਿੰਡ ਦਾ ਨਾਮ ਮੇਰਾ ਨਾਂ ਗੁਰਬਾਜ ਸਿੰਘ ਹੈ ਜੀ ਪਿੰਡ ਦਾ ਸਰਪੰਚ ਹੈ ਪਿੰਡ ਦੁੱਧ ਸੁੱਧੀਆਂ ਜ਼ਿਲ੍ਹਾ ਤਰਨ ਤਾਰਨ ਜਿਹੜੀ ਗੁਰਸੇਵਕ ਸਿੰਘ ਜੋ ਵੀ ਫੌਜੀ ਇੱਕ ਜਿਹੜੇ ਕਿ ਕੱਲ੍ਹ ਹੈਲੀਕਾਪਟਰ ਕ੍ਰੈਸ਼ ਹੋਇਆ ਹਾਂਜੀ ਕੀ ਕਹਿਣਾ ਚਾਹੁੰਦੇ ਜੋ ਕੀ ਇਸ ਘਟਨਾ ਬਾਰੇ ਬੜੀ ਮਾੜੀ ਘਟਨਾ ਹੋਈ ਜੀ ਬੜਾ ਹੀ ਵਧੀਆ ਇਨਸਾਨ ਸੀ 15 ਤਰੀਕ ਨੂੰ ਛੁੱਟੀ ਕੱਟ ਕੇ ਗਿਆ ਜੀ ਸਾਡੇ ਨਾਲ ਹੀ ਗਰਾਊਂਡ 'ਤੇ ਸਾਰੇ ਸਪੋਰਟਸਮੈਨ ਸਪੋਰਟਸਮੈਨ ਹੀ ਭਰਤੀ ਹੋਇਆ ਸੀ ਇੱਥੋਂ ਜੀ ਅਤੇ ਸਾਰੇ ਬੰਦੇ ਮਿਲਦੇ ਗਿਲਦੇ ਗਰਾਊਂਡ ਵੀ ਬਣਵਾ ਕੇ ਨਾਲ ਗਿਆ ਅਚਾਨਕ ਕੱਲ੍ਹ ਪਤਾ ਲੱਗਾ ਵੀ ਇਸ ਤਰ੍ਹਾਂ ਹਾਦਸਾ ਹੋ ਗਿਆ ਜੀ ਬੜਾ ਮਾੜਾ ਹੋਇਆ ਜੀ ਪਿੰਡ ਵਾਸਤੇ ਵੀ ਅਤੇ ਉਹਨਾਂ ਦੇ ਪਰਿਵਾਰ ਨਾਲ ਤਾਂ ਘਾਟਾ ਜਿੰਨਾ ਹੋਇਆ ਕੋਈ ਪੂਰਾ ਨਹੀਂ ਕਰ ਸਕਦਾ ਇਕੱਲਾ ਇਕੱਲਾ ਬੇਟਾ ਸੀ ਜਾਂ ਹੋਰ ਵੀ ਨਹੀਂ ਜੀ 6 ਭਰਾ ਸੀ ਅੱਛਾ 6 ਭਰਾ ਸੀ ਅਤੇ ਸਾਰਾ ਕੁਝ ਹੀ ਇਹਦੇ ਸਿੱਟੇ ਪੜ੍ਹਾਇਆ ਲਿਖਾਇਆ ਵੀ ਇਹਨੂੰ ਜ਼ਿਆਦਾ ਸੀ ਅਤੇ ਫੌਜ 'ਚ ਭਰਤੀ ਚਲੋ ਜਿਸ ਤਰ੍ਹਾਂ ਵੀ ਹੁੰਦਾ ਕਰਕੇ ਅਤੇ ਸਾਰਾ ਘਰ ਹੀ ਹੈ ਸਿਰ 'ਤੇ ਦੋ ਭੈਣਾਂ ਸੀ 6 ਭਰਾ ਸੀ ਕਿੰਨੇ ਬੱਚੇ ਇਹਦੇ ਦੋ 3 ਬੱਚੇ ਆ ਜੀ ਦੋ ਬੇਟੀਆਂ ਇੱਕ ਬੇਟਾ ਕੀ ਕਹਿਣਾ ਚਾਹੁੰਦੇ ਕੇਂਦਰ ਸਰਕਾਰ ਪਾਸੇ ਜਿਸ ਤਰ੍ਹਾਂ ਕਿ ਇਹਨਾਂ ਨੇ ਇੱਕ ਸਰਜੀਕਲ ਸਟ੍ਰਾਈਕ ਵਿੱਚ ਅਹਿਮ ਰੋਲ ਅਦਾ ਕੀਤਾ ਸੀ ਹਾਂਜੀ ਅਤੇ ਜਿਸ ਤਰ੍ਹਾਂ ਕਿ ਹੁਣ ਪਤਾ ਲੱਗੇ ਕਿ ਕੱਲ੍ਹ ਤੇ ਉਹ ਜੋ ਜਹਾਜ ਕ੍ਰੈਸ਼ ਹੋ ਗਿਆ ਵਾ ਹਾਂਜੀ ਹਾਂਜੀ ਤਾਂ ਕੀ ਤੁਹਾਨੂੰ ਕਿਸ ਤਰ੍ਹਾਂ ਸੰਦੇਸ਼ ਪਹੁੰਚਿਆ ਮੈਨੂੰ ਥਾਣੇ ਫੋਨ ਆਇਆ ਜੀ ਇਸ ਤਰ੍ਹਾਂ ਤੁਹਾਡੇ ਪਿੰਡ ਦਾ ਵੀਰ ਆ ਅਤੇ ਉਹ ਇਸ ਤਰ੍ਹਾਂ ਹਾਦਸੇ 'ਚ ਹੋ ਗਿਆ ਪਹਿਲਾਂ ਤਾਂ ਮੈਨੂੰ ਆਉਂਦੇ ਸੀ ਵੀ ਦੱਸੀ ਨਾ ਹਾਲੀ ਵੀ ਯਕੀਨ ਹੋ ਲੈਂਦੇ ਵੀ
ਕਨਫਰਮ ਹੋ ਜੇ ਤੇ ਫਿਰ ਹਨਾ ਆਣ ਕੇ ਵੇਖਿਆ ਇਹਨਾਂ ਦਾ ਵਿਚਾਰਿਆਂ ਦਾ ਮੰਦਾ ਆਲਿਆ ਜੀ ਰੋਈ ਜਾਂਦੇ ਆ ਕਰਲਾਈ ਜਾਂਦੇ ਆ ਕਰਦੇ ਵੀ ਉਹਨਾਂ ਦੇ ਮੰਦਾ ਆਲਿਆ ਜੀ ਉਹਨਾਂ ਦਾ ਤਾਂ ਵੇਖ ਚੁੱਕੇ ਜੇ ਪਰਿਵਾਰ ਪਰਿਵਾਰ ਲਈ ਕਿਸ ਤਰ੍ਹਾਂ ਦੀ ਤੁਸੀਂ ਸਹਾਇਤਾ ਚਾਹੁੰਦੇ ਜੀ ਪਿੰਡ ਦੇ ਸਰਪੰਚ ਹੁੰਦੇ ਨਾਲ ਇਹਨਾਂ ਦੇ ਭਰਾ ਨੇ ਜੀ ਪਲੱਸ ਟੂ ਨੇ ਵਨ 'ਚ ਪੜ੍ਹਦੇ ਨੇ ਛੋਟੇ ਬ੍ਰਦਰ ਉਹਨਾਂ ਦੇ ਉਹਨਾਂ ਨੂੰ ਨੌਕਰੀ ਦਿੱਤੀ ਜਾਵੇ ਅਤੇ ਪਰਿਵਾਰ ਨੂੰ ਸਹਾਇਤਾ ਦਿੱਤੀ ਜਾਵੇ ਇੰਨਾ ਵੱਡਾ ਹਿੱਸਾ ਹੋਰ ਕੀ ਹੋ ਸਕਦਾ ਮੁੰਡਾ ਜਵਾਨ ਜਿਹਨੇ ਦੱਸਿਆ ਕਿ ਇਸ ਤਰ੍ਹਾਂ ਗੁਰਸੇਵਕ ਸਿੰਘ ਜਿਹੜੇ ਸ਼ਹੀਦ ਹੋ ਗਏ ਹੈਲੀਕਾਪਟਰ ਜਿਹੜਾ ਕ੍ਰੈਸ਼ ਹੋਇਆ ਬਹੁਤ ਦੁੱਖ ਲੱਗਾ ਬੜੀ ਮਦਭਾਗੀ ਜਿਹੜੀ ਖਬਰ ਫਿਰ ਮੈਂ ਉਹਨਾਂ ਨਾਲ ਗੱਲ ਕੀਤੀ ਕਿ ਇਹਨਾਂ ਦੇ ਪਿੰਡ ਆਉਣ ਵਾਸਤੇ ਉਹਨਾਂ ਕਿਹਾ ਵੀ ਤੁਸੀਂ ਅਜੇ ਨਾ ਜਾਓ ਅਤੇ ਘਰ ਵਿੱਚ ਮਾਹੌਲ ਹੋ ਗਿਆ ਹੋਊਗਾ ਸਵੇਰੇ ਫਿਰ ਮੈਂ ਇੱਧਰ ਆਇਆ ਬੜਾ ਦੁੱਖ ਹੋਇਆ ਦੇਖ ਕੇ ਪਰਿਵਾਰ ਨੂੰ ਨਿੱਕੇ ਨਿੱਕੇ ਬੱਚੇ ਨੇ ਤਿੰਨ ਬੱਚੇ ਨੇ ਉਹਨਾਂ ਦੇ ਸਰ ਕਿਸ ਤਰ੍ਹਾਂ ਅਰੇਂਜਮੈਂਟ ਕੀਤੇ ਜਾ ਰਹੇ ਤੁਹਾਡੇ ਵੱਲੋਂ ਬਾਕੀ SSP ਸਾਹਿਬ ਨੂੰ DC ਸਾਹਿਬ ਕੱਲ੍ਹ ਆਉਣਗੇ ਜੀ SSP ਸਾਹਿਬ ਨਾਲ ਗੱਲ ਹੋਊਗੀ ਜੀ ਅਤੇ ਕੋਈ ਸਾਡਾ ਡੈਡ ਬੋਡੀ ਬਾਰੇ ਦੱਸਿਆ ਹੋਵੇ ਕਿਸ ਡੈਡ ਬੋਡੀ ਕੱਲ੍ਹ ਆਊਗੀ ਜੀ ਕਿਉਂਕਿ ਉਹਨਾਂ ਦੇ ਫਾਦਰ ਨਾਲ ਉਹਨਾਂ ਦਾ DNA ਵਗੈਰਾ ਲੈ ਕੇ ਗਏ ਨੇ ਅਤੇ ਕੱਲ੍ਹ ਉਹਨਾਂ ਨੇ ਕਿਹਾ ਵੀ ਕੱਲ੍ਹ ਵਟੋਲੀ ਜਾਏਗਾ